ਦੋਸਤੋ, ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਬਹੁਤ ਚੱਲ ਰਿਹਾ ਹੈ ਜਿੱਥੇ ਕਿ ਮੁੰਡਾ ਕੁੜੀ ਵਿਆਹ ਕਰਵਾ ਲੈਂਦੇ ਹਨ ਅਤੇ ਕੁੜੀ ਵਿਦੇਸ਼ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੁੜੀ ਫਿਰ ਸਾਲ ਦੋ ਸਾਲ ਬਾਅਦ ਮੁੰਡੇ ਨੂੰ ਵੀ ਵਿਦੇਸ਼ ਬੁਲਾਉਂਦੀ ਹੈ। ਇਸੇ ਤਰ੍ਹਾਂ ਦੋਸਤੋ, ਅਜਿਹੇ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਮੁੰਡਿਆਂ ਨੂੰ ਧੋਖੇ ਵੀ ਦਿੱਤੇ ਹਨ। ਆਪ ਵਿਦੇਸ਼ ਜਾ ਕੇ ਮੁੰਡੇ ਨੂੰ ਨਹੀਂ ਬੁਲਾਉਂਦੀਆਂ ਅਤੇ ਮੁੱਕਰ ਜਾਂਦੀਆਂ ਹਨ। ਪਰ ਹੁਣ ਦੋਸਤੋ, ਇੱਕ ਅਨੋਖਾ ਹੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕੁੜੀ ਵੱਲੋਂ ਕੈਨੇਡਾ ਦੇ ਵਿੱਚ ਆਪਣੇ ਪਤੀ ਨੂੰ ਬੁਲਾ ਤਾਂ ਲਿਆ ਜਾਂਦਾ ਹੈ ਪਰ ਆਪਣੇ ਪਤੀ ਨੂੰ 8 ਕੁ ਦਿਨ ਆਪਣੇ ਕੋਲ ਰੱਖ ਕੇ ਅਤੇ ਉਸ ਤੋਂ ਬਾਅਦ ਆਪਣੇ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਜਿਸ ਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੂੰ ਘਰੇ ਫੋਨ ਕਰਕੇ ਉਹਨੂੰ ਟਿਕਟ ਫੜਾ ਦੇ ਮੇਰੀ, ਤੂੰ ਕਿਹੜਾ ਰੋਂਦਾ ਫਿਰਦਾ ਸੜਕਾਂ ਤੇ? ਇੱਥੇ ਮੇਰੇ ਕਿਸੇ ਨੇ ਕੇਸ ਮੇਂ ਪਰਦਾ ਨਹੀਂ ਜਾ ਰੋ। ਤੂੰ ਫਿਰ ਇੱਥੇ ਉਦਾਂ ਤੈਨੂੰ ਇੱਥੇ ਹੈ ਕੀ ਇੱਥੇ ਤੂੰ ਕਰੇਗਾ ਵੀ ਕੀ? ਜੇ ਫੜਨਾ ਕਿ ਫੜ ਦੇਣਾ ਰੱਖ ਲਈ ਤੇ ਰੱਖਣੀ ਤੂੰ। ਹੁਣ ਮੈਂ ਇੱਥੇ ਤੁਰਿਆ ਫਿਰਦਾ ਤਾਂ ਤੈਨੂੰ ਪਤਾ ਤੇਰੇ ਆ ਚੱਲ ਜਾਂਦਾ ਪਤਾ ਪਰ ਇਹ ਨਹੀਂ ਪਤਾ ਬਾਹਰ ਇੰਨਾ ਇੱਥੇ ਕਿਉਂ ਬਾਈ ਤੂੰ ਤਾਂ ਐਵੇਂ ਕਹਿੰਦਾ ਵੀ ਜਾਣ ਗਵਾਲੇ ਆ ਜਾਂ ਚਲਾਇਆ ਮੇਰਾ ਵੀਰ ਵਾਸਤੇ ਕੁਛ ਨਹੀਂ ਹੁੰਦਾ। ਇੱਕ ਵਾਰ ਇਹਨਾਂ ਟਿਕਟ ਕਰਾ ਦਿਓ ਮੇਰੀ, ਜਾ ਕੇ ਦੇਖ ਲਿਆ ਏਅਰਪੋਰਟ ਤੇ ਇੱਕ ਵਾਰ ਇੱਥੇ ਮੁੰਡਾ ਤੇਰੇ ਪਿੰਡ ਪੁੰਡ ਤੋਂ ਲਾ ਕੇ ਬੰਦਾ ਕੋਈ ਨੀ ਹੈਗਾ ਤੇ ਬਾਈ ਹੋਰ ਕੀ ਗੱਲ ਕੀ ਗਈ ਪਤਾ ਹੀ ਨੀ ਬਾਈ ਕੋਈ ਦਿੱਕਤ ਨਹੀਂ ਸਿਰਫ 8-10 ਦਿਨ ਰਿਹਾ ਨਾਲ ਅੱਛਾ ਪਹਿਲਾਂ ਐਡਮਿੰਟਰ ਗਈ ਸੀ ਨਾਲ 2 ਵਾਰੀ ਉੱਥੇ ਪੁਲਿਸ ਕੰਪਲੇਂਟ ਕਰਤੀ ਉਹਨੇ ਇੱਧਰ ਆਣ ਕੇ ਉਹ ਮੇਰੇ ਤੋਂ ਪਹਿਲਾਂ ਮਹੀਨਾ ਆ ਗਈ ਸੀ ਮੈਂ ਮਹੀਨਾ ਬਾਅਦ ਚ ਆਇਆ ਸੀ ਅੱਛਾ ਮੈਂ ਤਾਂ ਉਹਦੇ ਕੋਲ ਇੱਕ ਵਾਰੀ ਵੀ ਨਹੀਂ ਗਿਆ ਫਿਰ ਪੁਲਿਸ ਨਿਕਲ ਕੇ ਕੇਸ ਏਦਾਂ ਕਿਉਂ ਕਰਦੀ ਮੈਂ ਕਰ ਨਹੀਂ ਬਾਈ ਜਦੋਂ ਮੈਂ ਐਡਮਿੰਟਰ ਤੋਂ ਵਾਪਸ ਮੈਂ ਮੈਂ ਕਿਹਾ ਨਹੀਂ ਕਰੂੰ ਇੱਕ ਵਾਰੀ ਮੈਂ ਤਾਂ ਵੱਖਰਾ ਰਹਿੰਦਾ ਜਿਹਾ ਅੱਛਾ ਅੱਛਾ ਇਸ ਤਰ੍ਹਾਂ ਦੋਸਤੋ ਇਸ ਮੁੰਡੇ ਨੂੰ ਇਸਦੀ ਘਰ ਵਾਲੀ ਵੱਲੋਂ 8 ਕੁ ਦਿਨ ਘਰੇ ਰੱਖ ਕੇ ਅਤੇ ਉਸ ਤੋਂ ਬਾਅਦ ਘਰ ਵਿੱਚੋਂ ਕੱਢ ਦਿੱਤਾ ਹੈ ਅਤੇ ਹੁਣ ਇਹ ਕੈਨੇਡਾ ਦੀਆਂ ਸੜਕਾਂ ਤੇ ਰੁਲਦਾ ਫਿਰਦਾ ਹੈ। ਇਸ ਤਰ੍ਹਾਂ ਦੋਸਤੋ ਅੱਜ ਕੱਲ ਵਿਦੇਸ਼ਾਂ ਵਿੱਚ ਬਹੁਤ ਮਾੜੇ ਹਾਲਾਤ ਹੋ ਚੁੱਕੇ ਹਨ। ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਮਾਮਲੇ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ। ਜਲਦੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ।